ਗੇਟ ਦੀ ਸੁਣ ਲਾ, ਅਸੀਂ ਗਏ ਆ ਤੁਹਾਡੇ ਕੋਲ, ਬੰਦੇ ਖੜੇ ਸੀ ਨਾ ਪੁਲਿਸ ਵਾਲੇ, ਸਾਨੂੰ ਦੇਖ ਕੇ ਉਹਨਾਂ ਨੇ ਬਾਹਰ ਲਾ ਲਿਆ ਗੇਟ ਲਾਇਆ ਨਾ। ਅੱਛਾ ਬਲਦੇਵ ਸਿਰ ਸੇ ਨੇ ਬਾਹਰ ਖੜਕਾ, ਮੈਂ ਬਲਦੇਵ ਸਿਰ ਸੇ ਖੜਕਾਇਆ ਨਾ, ਖੋਲਿਆ ਨੀ। ਮੈਨੂੰ ਆਖਿਆ ਮੈਂ ਸਰਸਾ ਸਾਹਿਬ ਤੇ ਖੜਨ ਦਾ ਫਾਇਦਾ ਨੀ, ਬਾਹਰ ਖੋਲਣ ਨੂੰ ਖੋਲਿਆ। ਇਹੀ ਗੱਲ ਹੋਈ ਹੈ ਨਾ, ਇੱਥੇ ਆ ਕੇ ਸੋਨੂ ਮੈਂ ਬਾਈ ਕੀ ਕਿਹਾ ਵੀ ਜਿਹੜਾ ਬਹਿ ਜਾਓਗੇ ਆਪਾਂ ਇੱਥੇ ਬੈਠੇ ਆ ਨਾ। ਹਾਂ ਨਹੀਂ ਚੱਕਦੇ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ, ਆਪਾਂ ਬਿਸਤਰੇ ਮੰਜੇ ਇੱਥੇ ਲਾ ਸਕਦੇ, ਚਾਲੀਆਂ ਬਿਸਤਰੇ ਲਾ ਬਹਿ ਜਾਓ, ਫਿਰ ਤਾਂ ਮਸ਼ੀਨ ਇੱਥੇ ਤੜਕੇ ਲਿਆਉਣਗੇ। ਨਹੀਂ ਬਹਿ ਸਕਦੇ ਉਹ, ਹੁਣੇ ਗੱਲ ਕਹਿੰਦਾ ਡੀ ਐਸ ਪੀ ਵੀ ਮੈਂ ਮਨਜੀਤ ਨਿਆਲ ਦੇ ਘਰੇ ਖੜੀ ਕਰ ਦਿੰਦਾ ਮਸ਼ੀਨ, ਤੁਸੀਂ ਆਹ ਮੋਰਚਾ ਜਿਸ ਚੌਂਕ ਚ ਲੈ ਜਾਓ, ਇਹ ਤੁਸੀਂ ਫੈਸਲਾ ਕਰ ਲਓ ਸਾਰੇ ਖੜੇ ਹੋ ਗਏ। ਉੱਥੋਂ ਸਾਡਿਆਂ 200 ਬੰਦਾ ਹੋਰ ਬੈਠੋ ਉੱਥੇ ਬੈਠੋ, ਤੁਸੀਂ 1 ਮਿੰਟ ਅਸੀਂ ਉੱਥੇ ਤੁਹਾਨੂੰ ਸੱਦਿਆ ਨਾ ਘੰਟਾ 2 ਘੰਟੇ, ਤੁਸੀਂ ਚਾਰ ਤਿੰਨੇ ਜਣੇ ਲਾਈਵ ਹੋਏ ਸੋਸ਼ਲ ਮੀਡੀਆ ਦੇ ਨਹੀਂ ਯਾਰ, ਸੋਸ਼ਲ ਮੀਡੀਆ ਦੇ ਲੋਕਾਂ ਨੂੰ ਮਸ਼ੀਨਾਂ ਲਿਆਓ, ਮਸ਼ੀਨਾਂ ਲਿਆਓ, ਚਾਰ ਗੱਡੀਆਂ। ਮੈਂ ਹੈਲੋ, ਮੈਂ ਸ਼ੰਭੂ ਦਾ ਚੱਲ ਕਹਿੰਦਾ, ਮੈਨੂੰ ਇਹ ਪਤਾ ਲੱਗਾ ਪਤਲੀ ਮਸ਼ੀਨ ਫੜਦੀ, ਮੈਂ ਸ਼ੰਭੂ ਸੀਗਾ ਉੱਥੇ ਮੈਂ ਚੱਲ ਕੇ, ਤੈਨੂੰ ਮੈਂ ਉੱਥੇ ਮੈਂ ਛੱਡ ਕੇ ਐਂਬੂਲੈਂਸ, ਅਸੀਂ 24 ਘੰਟੇ ਫਿਰ ਜਾ ਬਾਈ ਐਂਬੂਲੈਂਸ ਜਾਣਾ ਬਾਈ ਦਾ ਕੀ, ਲੇਕਿਨ ਇਹ ਨਹੀਂ ਚਾਹੀਦਾ ਬਾਈ, ਬੜੇ ਭਾਈ ਆਪਾਂ ਆਪ ਚ ਜਿੱਦਵਾਜ ਬੇਇੱਜ਼ਤੀ ਹੈ, ਜਿੱਦਵਾਜ ਨਹੀਂ ਬਾਈ, ਅਸੀਂ ਮਰ ਨੂੰ ਰੱਖੇ ਹੋਏ ਆ, ਖੜੇ ਆਪਾਂ, ਅਸੀਂ ਮਰ ਨੂੰ ਰੱਖੇ ਹੋਏ ਆ, ਨਹੀਂ ਕਿਉਂ ਰੱਖੇ ਹੋਏ ਹੋ, ਇਹ ਸਾਡੇ ਲਵੋਂ ਗੇਰ ਮਾਰੇ ਨੇ ਨਾ, ਸਾਨੂੰ ਆਇਆ ਗਿਆ ਵੀ ਚੱਲੋ, ਮੈਂ ਇਹ ਗੱਲ ਨੂੰ ਕਹਿੰਦਾ ਕੀ ਕਰਨਾ ਤੁਸੀਂ ਨੇ ਗੇਰ ਮਾਰਿਆ, ਚਾਰਾਂ ਨੇ ਆ ਗਏ ਸੁਣ ਲੈ ਯਾਰ, ਗੱਲ ਸੁਣ ਲੈ ਬਾਰੀ ਨਾਲ ਗੱਲ ਕਰ ਲੈ, ਗੱਲ ਸੁਣ ਲੈ ਜਵਾਬ ਜਿਹੜੀ ਗੱਲ ਸੁਣ ਲਾ, ਮੈਂ ਸ਼ੰਭੂ ਸੀਗਾ, ਮੈਨੂੰ ਤਾਂ ਪਤਾ, ਮੈਂ ਕੱਲ ਰਾਤ ਨੂੰ ਸਾਰਿਆਂ ਨੂੰ ਚੇਤੇ ਹੋਣਾ, ਮੈਂ ਵੀਡੀਓ ਪਾਈ ਸੀ, ਮੈਂ ਮਸ਼ੀਨਾਂ ਲਿਆਓ, ਇਹ ਵੀਡੀਓ ਪਾਈ ਹੈ ਨਾ, ਗੱਲ ਜਾਂਦਾ ਯਾਰ, ਜਾਂ ਸੁਣ ਲਓ ਜਾਂ ਅਗਵਾਈ ਕਰ ਲਓ, ਗੱਲ ਕਰ ਲਓ ਜਾਂ ਇੱਕ ਪਾਸੇ ਗੱਲ ਕਰ ਲਓ। ਚਲੋ ਮੈਨੂੰ ਇਹ ਪਤਾ ਲੱਗਿਆ, ਮੈਂ ਸ਼ੰਭੂ ਸੀ ਵੀ ਪਾਤਰੀ ਮਸ਼ੀਨ ਫੜਦੀ, ਮੇਰੀ ਚੱਠੇ ਨਾਲ ਗੱਲ ਹੋਈ, ਕਹਿੰਦਾ ਬਾਈ ਮਸ਼ੀਨ ਲਈ ਆਉਣੇ ਆ, ਇਹਨਾਂ ਨੇ ਵੀਡੀਓ ਵੀ ਪਾਤੀ, ਉਹ ਪਹਿਲਾਂ ਦੜਬੇ ਘੇਰ ਲਈ, ਮੁੜ ਕੇ ਪਾਤਰਾਂ ਤੋਂ ਫੜ ਕੇ ਲੈ ਕੇ ਅੱਗੇ ਲੈ ਕੇ ਥਾਣੇ 'ਚ। ਚਲੋ ਮੈਂ ਇੱਥੇ ਆਇਆ, ਇੱਥੋਂ ਹੀ ਇਹੀ ਮੁੰਡਾ ਮੈਨੂੰ ਕਹਾਂ ਐਂਬੂਲੈਂਸ 'ਤੇ ਲੈ ਕੇ ਗਿਆ, ਮੈਂ ਬੋਲ ਕੇ ਵੀ ਆਇਆ ਉੱਥੇ, ਬਲਦੇਵ ਸਿਰ ਸੇ ਡੀ ਐਸ ਪੀ ਦਾ ਫੋਨ ਆਇਆ ਵੀ ਅਸੀਂ ਮਨਜੀਤ ਨਿਆਲ ਦੇ ਘਰੇ ਮਸ਼ੀਨ ਖੜੀ ਕਰ ਦਿੱਤੀ, ਇੱਥੋਂ ਦਾ ਥੋੜ੍ਹਾ ਕਿਸਾਨ ਆਗੂ ਆ ਨਿਆਲ ਪਿੰਡ, ਮੈਂ ਇੱਥੇ